ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਮਿਟਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ। ਕੱਲ੍ਹ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਕਿ ਅੱਜ ਸਵੇਰੇ ਇੱਕ ਘਟਨਾ ਕਪੂਰਥਲਾ ਦੇ ਨੇੜੇ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਪਾਪੀ ਦੁਸ਼ਟ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉੱਥੇ ਦੀਆਂ ਸੰਗਤਾਂ ਵੱਲੋਂ ਇੱਕ ਲਾਈਵ ਵੀਡੀਓ ਪਾ ਕੇ ਇਹ ਕਿਹਾ ਗਿਆ ਸੀ ਕਿ ਉਹ ਇਸ ਦੁਸ਼ਟ ਨੂੰ ਪੁਲਿਸ ਦੇ ਹਵਾਲੇ ਨਹੀਂ ਕਰਨਗੇ, ਜਥੇਬੰਦੀਆਂ ਉੱਥੇ ਪਹੁੰਚਣ ਅਤੇ ਇਸ ਨੂੰ ਖਾਲਸਾ ਰਵਾਇਤਾਂ ਦੇ ਅਨੁਸਾਰ ਸਜ਼ਾ ਦੇਣ। ਅਤੇ ਦੋਸਤੋ, ਹੁਣ ਦੱਸ ਦਈਏ ਕਿ ਕੁਝ ਸਿੰਘ ਚੱਲ ਪਏ ਨੇ ਉਸ ਪਿੰਡ ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੇ ਲਈ, ਤਾਂ ਕਿ ਇਸ ਦੋਸ਼ੀ ਨੂੰ ਸਜ਼ਾ ਦਿੱਤੀ ਜਾ ਸਕੇ। ਆਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਪਰਵਾਨਾ ਜੀ ਦੀ ਇਹ ਵੀਡੀਓ, ਜਿਸ ਦੇ ਵਿੱਚ ਉਹਨਾਂ ਨੇ ਕੁਝ ਖਾਸ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ। ਅਤੇ ਇਸ ਤੋਂ ਇਲਾਵਾ ਇੱਕ ਹੋਰ ਖਾਸ ਸਿੰਘ ਸਾਹਿਬ ਦੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਨਾਲ। ਇਸ ਲਈ ਤੁਸੀਂ ਅਖੀਰ ਤੱਕ ਵੀਡੀਓ ਦੇ ਨਾਲ ਬਣੇ ਰਹਿਣਾ ਅਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਨਾ ਭੁੱਲਣਾ। ਅਤੇ ਦੋਸਤੋ, ਇਹ ਜੋ ਇੰਨੇ ਜ਼ਿਆਦਾ ਬੇਅਦਬੀ ਦੀਆਂ ਘਟਨਾਵਾਂ ਫਿਰ ਤੋਂ ਸਾਹਮਣੇ ਆ ਰਹੀਆਂ ਨੇ, ਤੁਹਾਨੂੰ ਇਸ ਦੇ ਪਿੱਛੇ ਕੀ ਕਾਰਨ ਲੱਗਦਾ? ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਤੁਸੀਂ ਸਾਂਝੀ ਕਰਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਵੇਰੇ ਵੀਡੀਓ ਵੇਖੀ ਆ ਸੁਭਾਨਪੁਰ ਜਲੰਧਰ ਕਪੂਰਥਲੇ ਦੇ ਕੋਲ ਇੱਕ ਦੁਸ਼ਟ ਗੁਰਦੁਆਰਾ ਸਾਹਿਬ 'ਚ ਵੜਦਾ ਬੇਅਦਬੀ ਦੀ ਤਾਂਘ ਦੇ ਨਾਲ, ਔਰ ਦੱਸਦਾ ਵੀ ਆ ਵੀ ਦਿੱਲੀ ਤੋਂ ਭੇਜਿਆ ਮੈਨੂੰ ਬੇਅਦਬੀ ਕਰਨ ਵਾਸਤੇ। ਉੱਥੋਂ ਦੀ ਸੰਗਤ ਨੇ ਪੁਲਿਸ ਨੂੰ ਨਹੀਂ ਦਿੱਤਾ, ਸੰਗਤ ਨੇ ਕਿਹਾ ਸਿੱਖ ਜਥੇਬੰਦੀਆਂ ਦੀ ਉਡੀਕ ਕਰਾਂਗੇ, ਉਮੀਦ ਕਰਦੇ ਜਥੇਬੰਦੀਆਂ ਪਹੁੰਚਣਗੀਆਂ, ਸਾਡੀ ਜਿੰਨੀ ਕੁ ਔਕਾਤ ਅਸੀਂ ਪਹੁੰਚ ਰਹੇ ਹਾਂ, ਔਰ ਬੇਨਤੀ ਆ ਸੁਭਾਨਪੁਰ ਵਾਲਿਓ ਪੁਲਿਸ ਨੂੰ ਨਾ ਦਿਓ ਜੇ। ਬਿਲਕੁਲ ਸਹੀ ਫੈਸਲਾ ਕੀਤਾ ਤੁਸੀਂ, ਪੁਲਿਸ ਨੂੰ ਨਾ ਦਿਓ ਜੇ, ਪਹੁੰਚ ਰਹੇ ਹਾਂ। ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸੇਵਾ ਸਾਡੇ ਹੱਥੀਂ ਲਿਖੀ ਹੋਈ, ਇਹ ਸੇਵਾ ਸਾਨੂੰ ਮਹਾਰਾਜ ਅੱਜ ਜ਼ਰੂਰ ਦੇਣਗੇ, ਆ ਰਹੇ ਅਸੀਂ ਤੁਹਾਡੇ ਕੋਲ, ਸੋ ਸਾਰੀ ਜ਼ਿੰਮੇਵਾਰੀ ਆਪਣੇ ਸਿਰ 'ਤੇ ਲਵਾਂਗੇ। ਮੇਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ, ਇਸ ਤੋਂ ਬਿਨਾਂ ਹੱਲ ਕੋਈ ਨਹੀਂ ਜਾਏਗਾ, ਔਰ ਵਾਰ ਵਾਰ ਜੁੜ ਬੇਨਤੀ ਆ। ਇਹ ਨਾ ਸਮਝਿਓ ਜੇ ਵੀ ਇਹ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ, ਇਹ ਸਮਝੋ ਜੇ ਪੰਜਾਬ ਦਾ ਮਾਹੌਲ ਆਉਣ ਵਾਲੇ ਸਮੇਂ 'ਚ ਠੀਕ ਹੋਏਗਾ। ਜਿਹੜੀਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਉਹ ਰੁਕਣਗੀਆਂ, ਇਹੀ ਤਰੀਕਾ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਸੰਗਤ ਨੂੰ, ਸੰਗਤ ਜੀ ਕਿਰਪਾ ਕਰਕੇ ਉੱਥੋਂ ਦਾ ਫੋਨ ਨੰਬਰ ਜ਼ਰੂਰ ਦੇ ਦਿਓ, ਕਿਸੇ ਵੀਰ ਦੀ ਗੱਲ ਕਰਾ ਦਿਓ, ਸਾਨੂੰ ਜਾਣਕਾਰੀ ਮਿਲ ਸਕੇ ਵੀ ਉਹ ਬੰਦਾ ਉੱਥੇ ਹੀ ਆ ਫੜਿਆ ਹੋਇਆ, ਅਜੇ ਪੁਲਿਸ ਲੈ ਕੇ ਤਾਂ ਨਹੀਂ ਗਈ, ਨਹੀਂ ਲੈ ਕੇ ਗਈ ਪੁਲਿਸ, ਅਤੇ ਸੰਗਤ ਜੀ ਉਸ ਬੰਦੇ ਨੂੰ ਸੋਧਾ ਅੱਜ ਲੱਗੇਗਾ ਹੀ ਲੱਗੇਗਾ। ਕੋਈ ਗੱਲ ਨਹੀਂ, ਅਕਾਲ ਪੁਰਖ ਵਾਹਿਗੁਰੂ ਆ, ਉਹ ਸਿਆਣੇ ਕਹਿੰਦੇ ਨਿਆਣੇ ਤਾਂ ਉਹਨਾਂ ਦੇ ਵੀ ਪਲ ਜਾਂਦੇ ਨੇ, ਜਿਹਦੇ ਮਾਂ ਪਿਓ ਨਹੀਂ ਹੁੰਦੇ ਉਹਨਾਂ ਦੇ ਵੀ ਨਿਆਣੇ ਪਲ ਜਾਂਦੇ ਨੇ। ਸੋ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਪਤਾ ਨਹੀਂ ਸੇਵਾ ਕਿਹਦੇ ਕੋਲ ਲੈਣੀ, ਪਰ ਅਰਦਾਸ ਕਰਦੇ ਹਾਂ ਮਹਾਰਾਜ ਇਹ ਸੇਵਾ ਸਾਡੇ ਹੱਥੋਂ ਸਾਡੇ ਜੱਥੇ ਕੋਲੋਂ ਲੈ ਲਿਓ। ਅਸੀਂ ਅੱਧਾ ਪੌਣਾ ਘੰਟਾ ਪਹਿਲਾਂ ਵੀਡੀਓ ਵੇਖੀ ਆ, ਅਤੇ ਸਾਡੀ ਜਿਹੜੀ ਸੰਗਤ, ਅਸੀਂ ਜਿਹੜੇ ਸਿੰਘਾਂ ਦੇ ਨਾਲ ਜਿਹੜੇ ਚੱਲੇ ਨੇ ਉਹ ਅਸੀਂ ਪਾ ਦਿੱਤੇ ਨੇ। ਸੋ ਅਸੀਂ ਹੁਣ ਜਾ ਰਹੇ ਹਾਂ ਸਿੱਧਾ ਸੁਭਾਨਪੁਰ ਨੂੰ, ਜਲੰਧਰ ਪਹੁੰਚ ਰਹੇ ਹਾਂ, ਅਤੇ ਮੈਂ ਬੇਨਤੀ ਕਰਾਂ ਸੰਗਤ ਨੂੰ ਵੀ ਜੇ ਉੱਥੇ ਹੋਇਆ ਅਤੇ ਅੱਜ ਉਹ ਦੁਸ਼ਟ ਨੂੰ ਸੋਧਾ ਲੱਗੂਗਾ ਹੀ ਲੱਗੂਗਾ, ਇਸ ਤੋਂ ਉੱਪਰ ਕੁਛ ਨਹੀਂ। ਅਸੀਂ ਨਹੀਂ ਅੱਕ ਗਏ ਹਾਂ, ਥੱਕ ਗਏ ਹਾਂ ਸੁਣ ਸੁਣ ਕੇ, ਇਹ ਮੈਂਟਲੀ ਅਪਸੈਟ ਆ, ਦੁਖੀ ਹੋ ਗਏ ਸੁਣ ਸੁਣ ਕੇ ਵੀ ਇਹ ਪਾਗਲ ਆ, ਅਤੇ ਬਾਅਦ ਵਿੱਚ ਉਹ ਜਮਾਨਤਾਂ 'ਤੇ ਆ ਕੇ ਸਾਡਿਆਂ ਹਿੱਕਾਂ 'ਤੇ ਸੱਪ ਵਾਂਗੂ ਨੱਚਦੇ ਨੇ, ਡੰਗ ਮਾਰਦੇ ਨੇ, ਥਣੀਅਰ ਬਣ ਬਣ ਕੇ ਸਾਡੀਆਂ ਹਿੱਕਾਂ 'ਤੇ। ਇਹ ਹੁਣ ਨਹੀਂ ਇੱਦਾਂ ਹੋਣਾ। ਸੋ ਜਿਹੜਾ ਕੱਲ੍ਹ ਸ਼੍ਰੋਮਣੀ ਕਮੇਟੀ ਨੇ ਕੀਤਾ ਉਹ ਵੀ ਜੈਜੈਕਾਰ, ਨਿਹੰਗ ਸਿੰਘਾਂ ਨੇ ਕੀਤਾ ਉਹ ਵੀ ਜੈਜੈਕਾਰ, ਅਤੇ ਜੇ ਇਹ ਦੁਸ਼ਟ ਸੁਭਾਨਪੁਰ ਹੋਇਆ ਤਾਂ ਅੱਜ ਫਿਰ ਉਹੀ ਫੈਸਲਾ ਜਿਹੜਾ ਨਿਹੰਗ ਸਿੰਘਾਂ ਨੇ ਰਵਾਇਤ ਸ਼ੁਰੂ ਕੀਤੀ ਉਹੀ ਹੋਏਗਾ। ਅਤੇ ਮੈਂ ਬੇਨਤੀ ਕਰਾਂ ਸੁਭਾਨਪੁਰ ਦਾ, ਸਾਡੇ ਕੋਲ ਨੰਬਰ ਕੋਈ ਨਹੀਂ, ਅਸੀਂ ਵੀਡੀਓ ਵੇਖੀ ਆ, ਵੀਡੀਓ 'ਚ ਕੋਈ ਨੰਬਰ ਨਹੀਂ ਬੋਲਿਆ ਕਿਸੇ ਦਾ, ਕੋਈ ਪਤਾ ਸਿਰਫ ਹੈਗਾ ਅਸੀਂ ਚੱਲ ਪਏ ਹਾਂ। ਗੁਰੂ ਕਿਰਪਾ ਕਰਿਓ, ਉਸ ਤੋਂ ਪਹਿਲਾਂ ਸਾਨੂੰ ਡਿਟੇਲ ਮਿਲ ਜੇ। ਗੁਰਜੀਤ ਸਿੰਘ ਜੀ, ਕਿਰਪਾ ਕਰਕੇ ਦੱਸਿਓ ਮੈਨੂੰ, ਤੁਸੀਂ ਕਹਿੰਦੇ ਆ ਜਾਓ ਬਾਬਾ ਜੀ, ਸ਼ਾਇਦ ਤੁਸੀਂ ਉਸੇ ਇਲਾਕੇ ਦੇ ਹੋ, ਜੇ ਤੁਸੀਂ ਉਸੇ ਇਲਾਕੇ ਦੇ ਕਪੂਰਥਲਾ ਸੁਭਾਨਪੁਰ ਜਿਹੜੀ ਵੀ ਉੱਥੋਂ ਦਾ ਐਡਰੈਸ ਹੈ ਜੋ ਲੋਕੇਸ਼ਨ ਹੈ ਜਾਂ ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਸਾਡੀ ਗੱਲਬਾਤ ਜ਼ਰੂਰ ਕਰਵਾਓ, ਕਿਉਂਕਿ ਉਹ ਦੁਸ਼ਟ ਨੂੰ ਸੋਧਾ, ਉਹ ਦੁਸ਼ਟ ਨੂੰ ਸਜ਼ਾ ਖਾਲਸਾਈ ਰਵਾਇਤਾਂ ਦੇ ਅਨੁਸਾਰ ਹੀ ਮਿਲਣੀ ਚਾਹੀਦੀ ਹੈ, ਖਾਲਸਾਈ ਰਵਾਇਤਾਂ ਦੇ ਅਨੁਸਾਰ। ਅਤੇ ਖਾਲਸਾਈ ਰਵਾਇਤਾਂ ਫਿਰ ਬੜੀਆਂ ਨੇ, ਅਤੇ ਕਈ ਵਾਰ ਬੰਦੇ ਨੂੰ ਸੋਧਾ ਲਾ ਕੇ, ਅਤੇ ਕਈ ਵਾਰ ਸੋਧਾ ਲਾਉਣ ਤੋਂ ਬਿਨਾਂ ਹੀ ਸਜ਼ਾ ਜਿਹੜੀ ਆ ਸਿਰੇ ਦੀ ਮਿਲਦੀ ਆ, ਅਤੇ ਬੰਦਾ ਰਹਿੰਦੇ ਸਵਾਸਾਂ ਤੱਕ ਯਾਦ ਰੱਖਦਾ ਉਹ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ
मैं बेदबी करन चलिया सी उत्थे ते आ सजा मैनू मिली आ। और सारी उम्र अपनी लत्तां ते ना तुरे और सारी उम्र अपने हत्थां दे ना रोटी ना खा के वेखे। सो इस करके मेरी बेनती है संगत दे चरणा च साडी जिन्नी औकात आ जथेबंदियां नू बेनती कीती संगत ने जथेबंदियां पहुंचन बड़ियां बड़ियां टकसालां बड़े बड़े बाबे डेरे वाले जथेदार सारिआं नू बेनती आ भाई पहुंचो हजारां हजारां किलां जमीनां वालिओ पहुंचो जमीरां जगालो जमीरां जगालो डेरे वालिओ जगालो जमीरां अपनियां बना ले तुसीं 15-15, 20-20 करोड़ दे डेरे बथेरियां जमीनां अपनियां लड़ाइयां हुंदियां तुहाडियां गोलियां चलदियां जमीनां वास्ते ओह आ जाओ गुरु वास्ते भी चला लीए गुरु वास्ते भी कृपान चला लीए आ जाओ मेरी बेनती है उन्होंने गुरु कियां फौजां नूं तो धन्नवाद ते मैं बेनती करां ते सुभानपुर तो कपूरथला रोड ते तो वीर जी मैनू कृपा करके नंबर नंबर गुरजीत सिंह जी मैनू कॉल करो मैं नंबर देता मैं लाइव बंद कर लाँगा तुहाडे नाल गल करके है ना। सो इस करके बेनती आ तुसी प्लीज़ मेरे नाल कंटैक्ट करो। सो जे सेवा महाराज सच्चे पातशाह लिखी हुई ते अज फिर सेवा सतगुरु पातशाह आप देणगे। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। आपां सारे जाणदे आं कल शाम नूं रहिराज साहिब दे जदों पाठ हो रहे सीगे ते दरबार साहिब अमृतसर साहिब विखे एक दुष्ट ने बेअदबी करन दी कोशिश कीती प्री प्लैंड सारा कुछ उन्हें कीता किसी ने सिखा के जिवें भी तोरिया सी उस तों बाद उन्हूं जिहड़ा हैगा सिंघां ने उत्थे फड़ लिया जिहड़े सेवादार सी ते उस तों बाद उन्हूं सोधा लाया। हुण उस तों बाद जिहड़ी दुख की गल इह आ भी जिवें कि उहने आपां कहिंदे आ ना भी कोई दूजा तां पत्थर मारे उहदा दुख नहीं हुंदा शिवली वाली घटना भी आप दे जदों फुल मारदे आ ते मन दुखी हुंदा। हुण मैं इधर सीगा दुआबे वाली साइड सुल्तानपुर लोधी साहिब इधर समागम आ कल दे इधर आए होया ते मैं हुणे कई वीरां नाल गल भी होई मीडिया वाले वीरां दे भी फोन आए सीगे ते कई कई सियाणे सियाणे सज्जण आ ना जिहड़े इक तां ओह लोक आ जिन्हां दे दिमाग च सिक्खी प्रति वैसी जहर भरिआ उहदा बेलोड़े तर्क बिन मतलब उन्होंने असल दे विच सिखां नूं कटहरे 'च खड़े करना हुंदा ओह चवल आ जिहड़े हुण कईआं नूं इत्थे वी आउणगे बिटपाली तों इहो जिहे शब्द ना वरत। मैं इहदे नाल ही बहुत होर भी कुछ कहना चाहुणा पर एक चलो कह लो भी एक मर्यादा एक प्रचारक की एक मैं तां करके है ना मेरे मन च बहुत गुस्सा इन्हां प्रति इन्हां ने मतलब जदों भी खास तौर पर यह जिहड़े बनते हैं बेलोड़े तर्कवादी कितने सामने तो आउंदे नहीं इन्हां दे चेले जां अपने बॉस तक नूं है ना जदों मैसेज करी तो ब्लॉक करके भज जांदा। तो हुण जिहड़ी मैं गल करदा हुण कई सज्जन कह रहे जी देखो उहदे उहनूं बचा लैंदे उह ते पर्दा पै गया तो भी उहने कुछ दस देना सीगा हुण भी कमलिओ अगे पुलिस के हवाले कर देंगे तो पुलिस ने इन्हों तो कुछ ना कुछ कढ़वा लेना सीगा भी जेडे बुरज जवाहर सिंह वाले स्वरूप चोरी होए आ वो सारे पुलिस के हवाले ही आ की कढ़वा लिया उन्होंने तो पुलिस ने दसो अज तक जिन्हें भी बेअदबी करने वाले जिन्हें इदू पहला फड़े गए तुसी जाके उन्हों की पैरवाई कर लो उन्हों तो कढ़वाओ उन्हों का मूँह खुलवाओ जौलियां पिंड बीबी फड़ी हुई आ उन्हें किहड़े खुलासे करते दस दो जे उदो उत्थे कम नबेड़ देंगे तो ठीक सीगा जिन्हां नूं ये भुलेखा भी उस दोस्त नूं जिन्हें दरबार साहब बेअदबी की उन्होंने फड़ के पुलिस के हवाले कर दे पुलिस इन्वैसटीगेशन करवा के तो सच कढ़वा लेंदी। संगरूर जिले के जौलियां पिंड की बीबी पुलिस कोले आ की कढ़वा लिया नाभे एरिए बेअदबियां हुई सीगियां वो जमानत लई फिरदा की कढ़वा लिया पुलिस ने भी किने भेजे उन्हूं इक्को बंदे ने दो थां ते बेअदबी की सी नाभे एरिए की कढ़वा लिया पुलिस ने की इकबाल किया उन्हें की दस्सिया उन्हें इन्हां बंदिआं ने दसना कुछ नहीं हुंदा ये प्री प्लैंड तैयार करके भेजे होंगे इन्हों इन्नी कम दिता हों जे ये बच जाता यू पुलिस लै जाती 295 लगनी सी थोड़े दिन बाद जमानत तो हो जानी सी ते जमानत तो बाद इन्हें फिर इतने गेड़े दिता फिरना सी ते आ जेड़े हुण बोलते इन्होंने कहना सी बाद गल्लां करिया करनियां सीगियां भाई दसो की करता तुसी उहदा। सो इसलिए जेड़े हुण कोट पेंट का फिक्र करते आ वह कमले उन्हें कोई जन्न चढ़ा सी भी वह कोट पेंट उमज रहन देंगे इन्हें तो गुरु ग्रंथ ध्यान सुने हूँ कोट पेंट का जिन्होंने फिक्र आ जिन्होंने ये बंदे ने तो दरबार साहब बेअदबी करने की कोशिश की यदा कोट पेंट कितों छड़ना सी मलोड़ MLA भाजपा का कोट पेंट तो वह नहीं छड़िया सी जदों गुस्सा हुंदा पब्लिक के लोगों के उदों कोट पेंट छड़ू अच्छा इनू कुट दे भी लै भी रे
कई ने भुलेखा भी बंदा होर मारता वे होर कानू मारिया दिल ना हौला करो उही मारिया तुसी तो बिन मतलब कोट पेंट के बहाने सिखा के जहर सुटना भी आ करता वह करता उही कोट पेंट तो नहीं छड़िया हुण इन जदों को संगत के हथ जा गया भी वह कोट पेंट छड़ना सी हुण इसलिए ना बेलोड़ियां गल्लां ना करो जे करना खड़ना तो सीधा पंथ के हक च खड़ो एक तो लोग ने हुण एक बीबी लिख के पा रही है भी गुरु ग्रंथ साहब के अगे रखे फुलां दे कोल एक बंदा जा वड़िया हुण आ मानसिकता देखियो जिहड़ियां इह बीबियां इह जिहा कुछ लिख रही इह जिहां नूं कोई फिर दूजे लोट दिंदा ना दिल चौली फिर इत्थे आ जांदे मत्तां देण भी बीबी नूं ऐ बोलता उह बीबी की लिख के पा रही है भी दरबार साहब एक व्यक्ति फुलां दे कोले चला गया तुहानूं मारता भी आ ढंग देखो इदा मतलब कि वह बंदे की सपोर्ट कर रहे हैं जेडे बंदे ने सीधा शरेआम बेअदबी करने की कोशिश की ते नाले हुण तां सारे भुलेखे चके गए होने जेडे सबूत मंगते निहंगा वेले चीका मारते बाकी जो इतों कोई इतने सरकारी तंत्र आ जो खाखी वर्दी पा के कोई किसी को कुट दे उदो किसी दी भावना नहीं भड़कदियां डीएसपी गुरमीत ने मानसा के बेरोजगार कुटे तुम दसो कि जेडे अज सिख सिखी के विच चीका मारते सिख प्रचारक मैं सिख प्रचारकों कहना चाहना जो कोई निहंग किसी का मोर बना दिता उदो तुम कहने हाए ऐ करता वह करता 18 अज 19 दसंबर हो गया डीएसपी मानसा ने किमें डंगर की तरह साढ़े नौजवान कुटे कि वह नौजवान जिन्हें डंगर डीएसपी डांगा मारता सी समैक बेचते धियां भैन की इज्जत में हथ पाते की करते हक मांगते पढ़े आ उन्होंने पढ़ाई की टैट के टैसट पास किए आ ते ओ हक मंगन गए थे उन्होंने डंगर वांगू कुटिया केड़ा कानून इजाजत दिंदा भी प्रोटेस्ट करने वाले पशु वांगू कुटो बसा में बैठा भी उन्होंने बखियां दे डांगा मारिया शरीर नुकसान दे नुकसाने जाते कौन जिम्मेवार सी की किसी ने जीव खोली सारे सिख मैं सिखा यही जे अज भौंकते उन्होंने पुछना चाहना भी उदे उदे थोड़े मनुखता का दर्द जागया नहीं उदे कि बोलिया थोड़े चो भी हाए आ बुचड़ बी ये कर रहे हैं नौजवान कुटे बेरोजगार मानसा च भी कानून इजाजत दिता हक दिता कानून इन्होंने गलों की ओद कोई नहीं बोलिया ओद जे कोई डीएसपी की धौन से गोडा धर लेंदे दस बेरोजगार कट्ठे होके फिर कानून के रखवाले ने पिटन लग जाना सी भी हाए पुलिस मुलाजम कुटता पुलिस मुलाजम ऑन ड्यूटी डीएसपी वह 50 जने कुट दे कोई कार्रवाई नहीं तो जे 50 जने कट्ठे होके डीएसपी की धौन से गोडा धर लेंदे फिर मुख्यमंत्री के घर तक चीकां पै जानियां सी पंजाब की शांति भंग हो जानी सी ते ओ पंजाब मामा दे पुत कुटते हुण कोई शांति भंग नहीं हुई ए गंदा बंदा जिहड़ा जिन्हें भी सिखा के भेजा सीगा इन्हें दरबार साहब च जाके किन्नियां लोकां दीआं भावनावां नूं सट मारी उहदा ध्यान च नहीं ते उहदे इक दी तां इक वड्या गया ते उहदे ते तुसीं चीकां मारी जांदे हो ते इहदे हल इही आ जिन्हां ने जिहड़े वीरां ने इह कीता धन्नवाद आ महाराज सच्चे पातशाह चढ़दी कलज रखे असीं जिन्ने जोगे होए असीं उहनां दे नाल आ जिन्ने क जोगे होए ते जिहड़े चीका मारदे जिन्हां नूं कोट पेंट दा फिकर आ फिकर ना करो कोई होर नहीं मारिया उही झटकाया उही जिहड़ा हैगा जिहड़े बंदे नूं बेअदबी कीती सी हुण ऐ तां है नहीं सीगा भी उहनूं कहिंदे वीरे तूं कोट पेंट भी विराई रख तूं मार के कुर्सी ते बहि जा तेरे दो दो चपेड़ां ला लैंदे आ हुण उत्थे उहदी हड्डी हड्डी लोक बोटी बोटी करके कुत्तिआं नूं पाउण नूं तैयार सी तुसीं कोट पेंट दा फिकर करी जांदे भी हाए उह कोट वाला सी उह पेंट वाला सी काली पेंट सी नीला कोट सी फलाना कोट सी इस लई ਇਹ ਵਾਧੂ ਇਹਨਾਂ ਗੱਲਾਂ 'ਚ ਨਾ ਉਲਝੋ ਤੁਸੀਂ ਆਪਸ ਵਿੱਚ ਜਦੋਂ ਇਹ ਅਸਲ ਦੇ ਵਿੱਚ ਸਮਾਂ ਇਹੋ ਜਿਹਾ ਹੋ ਗਿਆ ਵੀ ਮਤਲਬ ਅਸੀਂ ਇਹ ਗੱਲਾਂ ਨੂੰ ਸਾਨੂੰ ਇਹ ਯਕੀਨ ਜਿਹੀ ਹੁਣ ਹਟ ਗਿਆ ਵੀ ਐਂ ਵੀ ਹੋ ਜਾਂਦਾ ਹੁੰਦਾ ਇਹ ਉਹੀ ਦਰਬਾਰ ਸਾਹਿਬ ਆ ਜਿੱਥੋਂ ਮੱਸਾ ਰੰਗੜ ਦਾ ਸਿਰ ਵੱਢ ਕੇ ਲੈ ਕੇ ਗਏ ਸੀ ਸਿੱਖ ਦੇ ਖਿੱਦੋ ਖੁੰਡੀ ਖੇਡੇ ਸੀਗੇ ਬੁੱਢਾ ਜੌੜ ਦੇ ਟਿੱਬਿਆਂ 'ਚ ਜਾ ਕੇ ਉਸੇ ਦਰਬਾਰ ਸਾਹਿਬ ਦੇ ਵਿੱਚ ਇਸ ਬੁੱਚੜ ਬੰਦੇ ਨੇ ਹਾਂ ਇਹਦੇ ਪਿੱਛੇ ਕੀ ਆ ਇਹਦੇ ਸਿਰ ਤੋਂ ਜੋੜ ਕੇ ਆਪਾਂ ਕੋਸ਼ਿਸ਼ ਕਰੀਏ ਯਤਨ ਕਰਨ ਦੀ ਇਹ ਆਪਾਂ ਕੋਸ਼ਿਸ਼ ਕਰੀਏ ਲੱਭੀਏ ਇਹਨਾਂ ਨੂੰ ਹਾਂ ਕਿਹੜੀ ਮਤਲਬ ਮੈਂ ਨਾ ਮੇਰਾ ਮਿੱਤਰ ਆ ਲੋਕ ਆਵਾਜ਼ 'ਤੇ ਉਹਦੇ ਨਾਲ ਗੱਲ ਹੋਈ ਅਤੇ ਉਹ ਤੋਂ ਬਾਅਦ ਇੱਕ ਮੇਰੇ ਮਿੱਤਰ ਨੇ ਸਕਰੀਨਸ਼ਾਟ ਭੇਜਿਆ ਮੈਨੂੰ ਹੁਣੇ ਮੈਂ ਇੱਧਰ ਜਾ ਰਿਹਾ ਸੀ ਸਮਾਗਮ ਦੇ ਰਸਤੇ 'ਚ ਰੁਕਿਆ ਹੁਣ ਮੈਂ ਉਹਨੇ ਸਕਰੀਨਸ਼ਾਟ ਭੇਜਿਆ ਦੋ ਜਣਿਆਂ ਨੇ ਮਤਲਬ ਕਿ ਉਸ ਦੁਸ਼ਟ ਦੇ ਹੱਕ 'ਚ ਭੌਂਕਿਆ ਦੋ ਜਣੇ ਭੌਂਕਿਆ ਦੁਸ਼ਟ ਦੇ ਜਿਹੜਾ ਸੌਦਾ ਲਾਇਆ ਉਹਦੇ ਹੱਕ 'ਚ ਜਿਹੜੀ ਮੈਂ ਕੱਲ੍ਹ ਵੀਡੀਓ ਪਾਈ ਸੀ ਉਹ 'ਚ ਦੋ ਜਣੇ ਉਹ ਦੋਵੇਂ ਜਣਿਆਂ ਦੀ ਮੈਂ ਪ੍ਰੋਫਾਈਲ ਖੋਲ੍ਹ ਕੇ ਵੇਖੀ ਉਹ ਪਟਿਆਲੇ ਵਾਲੇ ਦੀਆਂ ਭੇਡਾਂ ਉਹ ਜਿਹੜੇ ਉਹ ਦੋ ਜਣੇ ਬੋਲੇ ਜਿਨ੍ਹਾਂ ਨੂੰ ਦਰਦ ਹੋਇਆ ਦੋ ਜਣੇ ਮਤਲਬ ਕਿ ਭੌਂਕੇ ਉਹ ਦੁਸ਼ਟ ਦੇ ਹੱਕ 'ਚ ਉਹ ਦੋਵੇਂ ਭੇਡਾਂ ਪਟਿਆਲੇ ਵਾਲੇ ਦੀਆਂ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਿਓ ਮੈਂ ਕੱਲ੍ਹ ਵੀ ਅਕਾਲ ਚੈਨਲ 'ਤੇ ਗੱਲ ਕਰਦਾ ਵੀ ਕਹੇ ਸੀ ਵੀ 70 ਵਿਸ਼ੇ ਆ ਇੱਕ ਤਾਂ ਉਹ ਜਿਨ੍ਹਾਂ ਦਾ ਮਰਿਆ ਉਹਨਾਂ ਨੇ ਵੀ ਨਹੀਂ ਦੁੱਖ ਜ਼ਾਹਰ ਕਰਨਾ ਉਹਨੇ ਕਹਿਣਾ ਵੀ ਚੰਗਾ ਹੋਇਆ ਜਿਵੇਂ ਉਹ ਪਿੱਛੇ ਜਿਹੜਾ ਬੇਅਦਬੀ ਵਿੱਚ ਮਾਰਿਆ ਗਿਆ ਸੀਗਾ ਉੱਥੇ ਉਹਨਾਂ ਸਿੰਘੂ ਬਾਰਡਰ 'ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਦੁੱਖ ਨਹੀਂ ਸੀ ਮਨਾਇਆ ਪਿੰਡ ਵਾਲਿਆਂ ਨੇ ਦੁੱਖ ਨਹੀਂ ਸੀ ਮਨਾਇਆ
ਇਹਨਾਂ ਨੂੰ ਜਿਹੜੀਆਂ ਜ਼ਿਆਦਾ ਹੋਏ ਮੈਨੂੰ ਬੀਬੀ ਦਾ ਫੋਨ ਆ ਗਿਆ ਅੰਗਰੇਜ਼ ਕੈਨੇਡਾ ਤੋਂ ਇੰਗਲੈਂਡ ਤੋਂ ਉਹ ਬੀਬੀ ਦੇ ਜਿਹਨਾਂ ਨੂੰ ਫੋਨ ਆਉਂਦੇ ਆ ਉਹਨਾਂ ਨੇ ਤਾਂ ਰਾਤ ਦੀ ਰੋਟੀ ਨਹੀਂ ਖਾਧੀ ਹੁਣ 7:45 ਤੋਂ ਬਾਅਦ ਉਹਨਾਂ ਦੇ ਬਲੱਡ ਘੱਟ ਗਏ ਹੁਣ ਵੀ ਹਾਏ ਸਾਡੇ ਮਤਲਬ ਗਰੁੱਪ ਦਾ ਬੰਦਾ ਮਾਰਿਆ ਗਿਆ ਕਿਉਂਕਿ ਇਹਨਾਂ ਦੀ ਸੋਚ ਇਹੋ ਜਿਹੀ ਆ ਸੋ ਜਿਨ੍ਹਾਂ ਨੇ ਇਹ ਕੀਤਾ ਕਾਰਜ ਸੇਵਾ ਕੀਤੀ ਆ ਸੇਵਾ ਤੇ ਸੋਧਾ ਲਾਇਆ ਉਹ ਧੰਨਤਾ ਦੇ ਯੋਗ ਆ ਤੇ ਬਾਕੀਆਂ ਨੇ ਤੇ ਭੌਂਕੀ ਜਾਣਾ ਪਰਵਾਹ ਨਾ ਕਰੋ ਇਹ ਹੌਲੀ ਹੌਲੀ ਲਕੀਰ ਖਿੱਚੀ ਜਾਣੀ ਹੈ ਮੈਂ ਤਾਂ ਇੱਕ ਗੱਲ ਕਹਿਣਾ ਨਾ ਕਿਸਾਨ ਅੰਦੋਲਨ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਬਹੁਤ ਕੁਝ ਕਲੀਅਰ ਹੋ ਗਿਆ ਇਹ ਸਿੱਖ ਰਵਾਇਤਾਂ ਨੇ ਜਦੋਂ ਅਪੀਲ ਚੂੰ ਕਰ ਅਜ਼ਹਮ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਵੀ ਜਦੋਂ ਅਪੀਲ ਵਕੀਲ ਦਲੀਲ ਖਤਮ ਹੋ ਜੇ 2015 ਤੋਂ ਲੈ ਕੇ ਕਾਨੂੰਨ ਹੁਣ ਝੋਲੀ ਅੱਡੀ ਬੈਠਿਆ ਜਿਹਦਾ ਪਿਓ ਮਾਰਦਾ ਉਹ ਬੈਠਾ ਤੁਸੀਂ ਵੇਖ ਲਓ ਜਿਹੜੇ ਕਾਨੂੰਨ ਦੀ ਦੁਹਾਈ ਪਿੱਟਦੇ ਹੋ ਸੁਖਰਾਜ ਸਿੰਘ ਨਿਆਮੀ ਵਾਲਾ ਬੈਠਾ ਉਹਦਾ ਬਾਪ ਵੀ ਮਾਰਤਾ ਉਹਦਾ ਬਾਪ ਮਰੇ ਨੂੰ 6 ਸਾਲ ਹੋ ਗਏ ਕੀ ਮਿਲ ਗਿਆ ਕੀ ਕਰਤਾ ਲੈ ਲਿਆ ਹੱਕ ਲੈ ਲਿਆ ਕਾਨੂੰਨ ਤੋਂ ਇੱਥੇ ਮਜ਼ਾਕ ਬਣਾਇਆ ਜਾਂਦਾ ਕੋਈ ਸ਼ੱਕ ਨਹੀਂ ਅਸੀਂ ਚਾਹੁੰਦੇ ਹਾਂ ਵੀ ਭਾਈ ਤੁਸੀਂ ਜਿਹੜਾ ਸਿਸਟਮ ਹੈ ਉਸ ਸਿਸਟਮ ਮੁਤਾਬਕ ਕਰ ਦਿਓ ਹੱਲ ਅਤੇ ਜੇ ਕੋਈ ਨਹੀਂ ਕਰਦਾ ਤਾਂ ਸਾਹਮਣੇ ਇਹੋ ਜਿਹੀ ਘਟਨਾ ਵਾਪਰਦੀ ਆ ਅਤੇ ਇਹ ਤਾਂ ਜਦੋਂ ਰਿਐਕਟ ਹੁੰਦਾ ਐਕਸ਼ਨ ਦਾ ਰਿਐਕਸ਼ਨ ਤਾਂ ਹੋਣਾ ਹੀ ਆ ਉਹ ਤੋਂ ਬਾਅਦ ਚੀਕਾਂ ਮਾਰ ਦਿਓ ਆਕਾ ਵੀਰ ਨੇ ਹੁਣ ਵਿੱਚ ਮੈਨੂੰ ਲਿਖ ਕੇ ਦੱਸ ਰਿਹਾ ਸੀ ਕੋਈ ਇੱਧਰ ਨਿਜ਼ਾਮਪੁਰ ਕਪੂਰਥਲਾ ਸਾਈਡ ਉੱਥੇ ਵੀ ਇੱਕ ਫੜਿਆ ਗਿਆ ਬੰਦਾ ਬੇਅਦਬੀ ਕਰਨ ਆਇਆ ਹੁਣ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪ੍ਰੀ ਪਲੈਨਡ ਚੱਲ ਰਹੀਆਂ ਨੇ ਸੋ ਆਪਾਂ ਨੂੰ ਬੜੇ ਅਵੇਅਰ ਹੋਣ ਦੀ ਲੋੜ ਆ ਸੁਚੇਤ ਹੋਣ ਦੀ ਲੋੜ ਆ ਸਾਰੇ ਪਿੰਡਾਂ 'ਚ ਪ੍ਰਬੰਧਕ ਵੀਰ ਆ ਜਿਹੜੇ ਉਹ ਅਲਰਟ ਹੋਣ ਸੁਚੇਤ ਹੋਣ ਸੋ ਨਾਲ ਇਹ ਹਾਂ ਵੋਟਾਂ ਵਾਲੀ ਕੋਈ ਗੱਲ ਨਹੀਂ ਜਿਹੜੀ ਮੈਂ ਚੱਲ ਰਾਤ ਵੀ ਮੀਡੀਆ 'ਚ ਗੱਲ ਕਰਦਿਆਂ ਗੱਲ ਕਹੀ ਸੀ ਵੀ ਇਹ ਨਹੀਂ ਹੈ ਵੀ ਚੋਣਾਂ ਕਰਕੇ 2015 ਤੋਂ ਲੈ ਕੇ 3 ਮਹੀਨੇ ਪੈਂਦੇ ਨਹੀਂ 3 ਮਹੀਨਿਆਂ ਦੇ ਅੰਦਰ ਅੰਦਰ ਬੇਅਦਬੀ ਹੋ ਜਾਂਦੀ ਆ ਲੜੀਆਂ ਜੋੜ ਕੇ ਵੇਖ ਲਓ 90 ਦਿਨਾਂ ਦੇ ਅੰਦਰ ਅੰਦਰ ਕੋਈ ਨਾ ਕੋਈ ਇਹੋ ਜਿਹੀ ਘਟਨਾ ਹੁੰਦੀ ਆ ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਟਾਰਗੇਟ ਕੀਤਾ ਜਾਂਦਾ ਇਹ ਨਹੀਂ ਕਿ ਵੋਟਾਂ ਕਰਕੇ ਹੋ ਰਿਹਾ ਇਹਦੇ ਪਿੱਛੇ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਉਹ ਸਾਜ਼ਿਸ਼ਾਂ ਨੂੰ ਨੰਗਾ ਕੀਤਾ ਜਾ ਸਕਦਾ ਇਹ ਨਹੀਂ ਹੈਗਾ ਵੀ ਕਿਸੇ ਵੀ ਗੱਲ ਦੇ ਜੜ ਤੱਕ ਨਹੀਂ ਪਹੁੰਚਿਆ ਜਾ ਸਕਦਾ ਉਹਦੇ ਲਈ ਸਾਨੂੰ ਸਾਰੇ ਸੱਜਣਾਂ ਨੂੰ ਇਕੱਠੇ ਹੋ ਕੇ ਇਹ 'ਤੇ ਮੱਥਾਪੱਚੀ ਕਰਨੀ ਚਾਹੀਦੀ ਆ ਘੱਟੋ ਘੱਟ ਇਸ ਗੱਲ 'ਤੇ ਤਾਂ ਅਸੀਂ ਇਕੱਠੇ ਹੋਈ ਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀਆਂ ਬੇਅਦਬੀਆਂ ਨੂੰ ਕਿਵੇਂ ਠੱਲ ਪਾਉਣੀ ਆ ਅਤੇ ਇਹਦੇ ਲਈ ਕੀ ਅਸੀਂ ਮਤਲਬ ਘੱਟੋ ਘੱਟ ਅਸੀਂ ਸਟਰੈਂਥ ਤਾਂ ਦਿਖਾਈਏ ਨਾ ਇਕੱਠੇ ਹੋ ਕੇ ਇਹ ਜ਼ਰੂਰੀ ਆ ਸੋ ਭਵਿੱਖ ਦੇ ਵਿੱਚ ਹੋਰ ਵੀ ਬਹੁਤ ਕੁਛ ਇਹੋ ਜਿਹੇ ਲੋਕ ਕਰਨਗੇ ਅਤੇ ਕੌਮ ਨੂੰ ਟਾਰਗੇਟ ਕਰਨ ਦੀਆਂ ਗੱਲਾਂ ਨੇ ਅਤੇ ਉਹਨਾਂ ਤੋਂ ਵੀ ਦੇਖੋ ਅਸੀਂ ਜਿਹੜੇ ਬਾਹਰੀ ਦੁਸ਼ਮਣ ਆ ਉਹਨਾਂ ਤੋਂ ਤਾਂ ਸੁਚੇਤ ਰਹਿਣਾ ਹੀ ਰਹਿਣਾ ਅੰਦਰੂਨੀ ਦੁਸ਼ਮਣ ਵੀ ਆ ਜਿਨ੍ਹਾਂ ਨੂੰ ਮਤਲਬ ਹਰ ਵਾਰ ਸਿੱਖ ਹੀ ਗਲਤ ਲੱਗਦੇ ਆ ਸਾਡੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਜਾਂਦਾ ਬੰਦਾ ਉਹ ਤੋਂ ਬਾਅਦ ਅਸੀਂ ਉਹਨਾਂ ਦੇ ਹੱਕ 'ਚ ਖੜਨ ਲੱਗ ਜਾਂਦੇ ਹਾਂ ਇਸ ਲਈ ਸਮਝ ਗਏ ਇਸ ਗੱਲ ਨੂੰ ਉਹਨਾਂ ਦੀ ਮਾਨਸਿਕਤਾ 'ਤੇ ਹਾਸੀ ਆਉਂਦੀ ਆ ਕੋਈ ਕੋਟ ਪੈਂਟ ਨੂੰ ਉਧਾਰ ਬਣਾਈ ਬੈਠਾ ਕੋਈ ਕਿਸੇ ਗੱਲ ਨੂੰ ਅਸਲ 'ਚ ਇਹ ਤਾਂ ਵੈਸੇ ਹੀ ਮਤਲਬ ਉਹੀ ਬਹਾਨਾ ਲੱਭਦੇ ਹੁੰਦੇ ਵੀ ਕੋਈ ਬਹਾਨਾ ਲੱਭ ਜੇ ਅਸੀਂ ਸਿੱਖਾਂ 'ਤੇ ਜ਼ਹਿਰ ਸੁੱਟ ਗਏ ਸੋ ਇਸ ਲਈ ਜਿਹੜੇ ਵੀ ਵੀਰਾਂ ਨੇ ਇਹ ਸੇਵਾ ਲਈ ਮੈਂ ਤਾਂ ਵਾਰ ਵਾਰ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ੁਕਰਾਨਾ ਹੀ ਕਰਦਾ ਅਤੇ ਨਹੀਂ ਸੋਚ ਕੇ ਵੇਖੋ ਜੇਕਰ ਇਹ ਬੰਦਾ ਇਵੇਂ ਜੇਕਰ ਇੱਥੋਂ ਚਲਾ ਜਾਂਦਾ 2 ਮਹੀਨਿਆਂ ਬਾਅਦ ਜ਼ਮਾਨਤ ਮਿਲ ਜਾਂਦੀ ਅਤੇ ਇੰਨਾ ਹੀ ਲੋਕਾਂ ਨੇ ਜਿਹੜੇ ਹੁਣ ਕਹਿੰਦੇ ਕਾਹਤੋਂ ਮਾਰਿਆ ਇੰਨਾ ਹੀ ਲੋਕਾਂ ਨੇ ਕਲਿੱਪ ਚਲਾਇਆ ਕਰਨਾ ਸੀਗਾ ਛਾਲ ਮਾਰਦੇ ਵਾਲਾ ਅਤੇ ਜਦੋਂ ਕੋਈ ਆਪਾਂ ਕਿਸੇ ਹੋਰ ਨਾ ਕੋਈ ਕਿਸੇ ਬੇਅਦਬੀ ਵਾਲੇ ਮਸਲੇ 'ਤੇ ਗੱਲ ਕਰਿਆ ਕਰਨੀ ਇਹਨਾਂ ਨੇ ਕਲਿੱਪ ਥੱਲੇ ਆਪਣੀਆਂ ਪੋਸਟਾਂ 'ਤੇ ਕਮੈਂਟ ਕਰਿਆ ਕਰਨਾ ਸੀ ਵੀ ਇਹਦਾ ਕੀ ਕਰ ਲਿਆ ਤੁਰਿਆ ਫਿਰਦਾ ਇਹਨਾਂ ਬੰਦਿਆਂ ਨੇ ਕਿ ਸਿਆਣੇ ਗੱਲ ਕਹਿੰਦੇ ਹੁੰਦੇ ਆ ਵੀ ਜਿਹੜਾ ਆਰੀ ਨੂੰ ਇੱਕ ਪਾਸੇ ਦਿੰਦੇ ਸੰਸਾਰ ਨੂੰ 2 ਪਾਸੇ ਦਿੰਦੇ ਸੋ ਇਸ ਲਈ ਇਹਨਾਂ ਲੋਕਾਂ ਨੇ ਹਮੇਸ਼ਾ ਇਵੇਂ ਇਹਨੂੰ ਮੈਂ ਲਾਲ ਕਾਕਰੋਚ ਕਹਿਣਾ ਉਹਨਾਂ ਲਾਲ ਕਾਕਰੋਚ ਕੰਪਨੀ ਹੈ ਇਹ ਇੱਕ ਤਾਂ ਸਿੱਧੇ ਲਾਲ ਕਾਕਰੋਚ ਆ ਇੱਕ ਕਈ ਕਾਕਰੋਚ ਆ ਉਹਨਾਂ ਨੇ ਕਿਰਪਾਨਾਂ ਵੀ ਪਾਈਆਂ ਹੋਈਆਂ ਕਛਹਿਰੇ ਵੀ ਪਾਏ ਹੋਏ ਆ ਪੱਗਾਂ ਵੀ ਬੰਨਦੇ ਆ ਕਥਾ ਵੀ ਕਰਦੇ ਆ ਅਤੇ ਬਾਣੀ ਵੀ ਪੜ੍ਹਦੇ ਆ ਦੀਵਾਨ ਵੀ ਲਾਉਂਦੇ ਆ ਹੈਗੇ ਉਹ ਲਾਲ ਕਾਕਰੋਚ ਆ ਸਿੱਖ ਨਹੀਂ ਹੈਗੇ ਇਹ ਜਿੰਨੀ ਲਾਲ ਕਾਕਰੋਚ ਕੰਪਨੀ ਆ ਇਹ ਲਾਲ ਕਾਕਰੋਚ ਕੰਪਨੀ ਇਹਨਾਂ ਇਹਨਾਂ ਦੇ ਚੀਕਾਂ ਵੱਜ ਰਹੀਆਂ ਸੋ ਪਰਵਾਹ ਨਾ ਕਰੋ ਵਧੀਆ ਹੋਇਆ ਮੈਂ ਤਾਂ ਇਹੋ ਕਹਿਣਾ ਮੈਨੂੰ ਤਾਂ ਮੀਡੀਆ ਵਾਲੇ ਵੀਰ ਪਰ ਮੈਂ ਤਾਂ ਹਰ ਨੂੰ ਕਹਿਣਾ ਵੀ ਤਾਂ ਹੀ ਹੁਣ ਮੈਂ ਲਾਈਵ ਹੋ ਕੇ ਹੋਰ ਵੀ ਆਏ ਸੀ ਵੀਰਾਂ ਦੇ ਫੋਨ ਸੋ ਮੈਂ ਉਹਨਾਂ ਨੂੰ ਸਮਾਂ ਨਹੀਂ ਦੇ ਸਕਿਆ ਮਾਫੀ ਚਾਹੁੰਦਾ ਕਿਉਂਕਿ ਮੈਂ ਸਮਾਗਮਾਂ 'ਚ ਬਿਜੀ ਹਾਂ ਅਤੇ ਕੋਈ ਸਿਹਤ ਵੀ ਇਜਾਜ਼ਤ ਨਹੀਂ ਸੀ ਦਿੰਦੀ ਅਤੇ ਮੈਂ ਉਹ ਟਾਈਮ ਗਰੀ ਉਹਨੀ ਸੈਟਿੰਗ ਨਹੀਂ ਸੀ ਬਣੀ ਸੋ ਇਸ ਲਈ ਦਾਤਾ ਰਹਿਮਤ ਕਰੇ ਜਿਹਨਾਂ ਵੀਰਾਂ ਨੇ ਸੇਵਾ ਲਈ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਸੋ ਕੋਈ ਗੱਲ ਨਹੀਂ ਬਸ ਵਧੀਆ ਹੋਇਆ ਜਿਹੜੇ ਚੀਕਾਂ ਮਾਰਦੇ ਮਾਰੀ ਚਲੋ ਭੁਲੇਖੇ 'ਚ ਨਾ ਰਹੋ ਉਹੀ ਕੋਟ ਪੈਂਟ ਵਾਲੇ ਸੀ ਦੂਜਾ ਨਹੀਂ ਕੋਟ ਪੈਂਟ ਦਾ ਕੀ ਹਾਲ ਕਰਦੀ ਆ ਭੜਕੀ ਹੋਈ ਸੰਗਤ ਜਦੋਂ ਅਸੀਂ ਕਿਸੇ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਦੇ ਹਾਂ ਪੈਂਟ ਕੋਟ ਦਾ ਕੀ ਹਾਲ ਹੁੰਦਾ ਉਹ ਮਲੋਟ ਜਿਹੜਾ ਹੋਇਆ ਸੀ ਭਾਜਪਾ ਦੇ MLA ਉਹ ਤੋਂ ਪੁੱਛ ਲਿਓ ਉਹ ਦੱਸ ਦੂ ਸਾਰਾ ਕੁਝ ਵੀ ਕੋਟ ਪੈਂਟ ਦਾ ਕੀ ਬਣਦਾ ਹੁੰਦਾ ਜਿਵੇਂ ਮਲੋਟ ਵਾਲੇ MLA ਦਾ ਕੋਟ ਪੈਂਟ ਦਾ ਬਣਿਆ ਸੀ ਉਹੀ ਇਹਦੇ ਕੋਟ ਪੈਂਟ ਦਾ ਬਣ ਗਿਆ ਉਹੀ ਅਤੇ ਨਾਲ ਅੱਗੇ ਉਹਦੇ ਉਹਨੂੰ ਨਰਕਾਂ ਦੇ ਰਾਹ ਤੋਰਤਾ ਸੋ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਕਿਰਪਾ ਕਰਨ ਪੰਥ ਨੂੰ ਕੌਮ ਨੂੰ ਇੱਕ ਮੁੱਠਤਾ ਬਖਸ਼ਣ ਚੰਗਾ ਕੰਮ ਕੀਤਾ ਜਿਹੜਿਆਂ ਨੇ ਕੀਤਾ ਜਿਨ੍ਹਾਂ ਨੇ ਸੇਵਾ ਜਿਨ੍ਹਾਂ ਤੋਂ ਸੇਵਾ ਲਈ ਆ ਮਹਾਰਾਜ ਨੇ ਚੜ੍ਹਦੀ ਕਲਾ ਰੱਖੇ ਇੱਕ ਮੁੱਠ ਹੋਈਏ ਦਾਤਾ ਰਹਿਮਤ ਕਰੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।